ਮਾਂ ਦਾ ਦਰਜਾ ਰੱਬ ਦਾ ਦਰਜਾ ਹੁੰਦਾ ਹੈ, ਇਸੇ ਕਰਕੇ ਪੂਰੀ ਦੁਨੀਆ 'ਚ ਮਦਰ ਡੇ ਦਾ ਦਿਨ ਮਨਾਇਆ ਜਾਂਦਾ ਹੈ। ਅੱਜ ਇਸ ਉਪਲਕਸ਼ ਵਿੱਚ ਖਰੜ ਜ਼ਿਲ੍ਹਾ ਮੋਹਾਲੀ ਵਿੱਚ ਸਥਿਤ ਮੈਕਸਿਮ ਮੈਰਿਜ ਸਕੂਲ ਵਿੱਚ ਮਦਰ ਡੇ ਦਾ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਨੇ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਜੀ ਦੋਸਤੋ, ਬੀਬੀਸੀ ਟੋਰਾਂਟੋ ਤੇ ਗਾਉਂਦਾ ਪੰਜਾਬ ਟੈਲੀਵਿਜ਼ਨ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਨਿਊਜ਼ ਰੂਮ ਦੇ ਵਿੱਚੋਂ ਬਾਹਰ ਨਿਕਲ ਕੇ ਅਸੀਂ ਇੱਕ ਸਕੂਲ ਯਾਨੀ ਕਿ ਜਿਹੜਾ ਖਰੜ ਮੋਹਾਲੀ ਸਥਿਤ ਹੈ ਮੈਕਸਿਮ ਮੈਰੀ, ਉੱਥੇ ਮਦਰ ਡੇ ਯਾਨੀ ਕਿ ਅੱਜ ਮਾਵਾਂ ਦਾ ਦਿਨ ਹੈ ਉਹ ਮਨਾਇਆ ਜਾ ਰਿਹਾ। ਸੋ ਅੱਜ ਗੱਲ ਕਰਦੇ ਹਾਂ ਸਕੂਲ ਦੇ ਸਟਾਫ ਦੇ ਨਾਲ ਕਿ ਮਦਰਸ ਡੇ ਜਿਹੜਾ ਹੈ ਦਿਨ ਇਹ ਕਿਉਂ ਮਨਾਇਆ ਜਾਂਦਾ। ਮੈਮ, ਜਿਹੜਾ ਦਿਨ ਹੈ ਸਪੈਸ਼ਲੀ ਕਿਉਂ ਮਨਾਇਆ ਜਾਂਦਾ? ਜਿਵੇਂ ਕਹਿੰਦੇ ਹਾਂ ਅਸੀਂ ਮਾਵਾਂ ਛੰਨੀਆਂ ਛਾਵਾਂ, ਮਾਵਾਂ ਸਾਡੇ ਲਈ ਬਹੁਤ ਹੀ ਇੱਕ ਪਰਸਨੈਲਿਟੀ ਹੈ ਜਿਹੜੀ ਮਾਵਾਂ ਸਾਨੂੰ ਇੱਕ ਕਹਿ ਸਕਦੇ ਨੇ, ਸਾਨੂੰ ਆਪਣੇ ਅੰਡਰ ਗਾਈਡਸ 'ਚ ਰੱਖਦੇ ਨੇ, ਜੋ ਸਾਨੂੰ ਹਰ ਚੀਜ਼ ਤੋਂ ਪ੍ਰੋਟੈਕਟ ਕਰਦੇ ਨੇ। ਅਗਰ ਅਸੀਂ ਮੁਸੀਬਤਾਂ 'ਚ ਨੇ ਜਾਂ ਅਸੀਂ ਕਿਸੇ ਤਕਲੀਫ 'ਚ ਹੈ, ਉਹ ਸਾਨੂੰ ਕਿਸੇ ਨਾ ਕਿਸੇ ਅੱਛੇ ਤਰੀਕੇ ਦੇ ਨਾਲ ਸਾਨੂੰ ਆਪਣੇ ਬਚਾ ਕੇ ਪ੍ਰੋਟੈਕਸ਼ਨ ਦੇ ਵਿੱਚੋਂ ਬਾਹਰ ਲੈ ਕੇ ਆਉਂਦੀਆਂ ਨੇ, ਸਾਨੂੰ ਗਾਈਡ ਕਰਦੀਆਂ ਨੇ ਕਿ ਅਸੀਂ ਕਿਸੇ ਗਲਤ ਕੰਮ ਦੇ ਵਿੱਚ ਨਾ ਜਾਈਏ, ਸਾਨੂੰ ਸਹੀ ਰਸਤੇ 'ਤੇ ਲੈ ਕੇ ਆਉਂਦਾ। ਸੇਮ ਮੇਨ ਕਾਰਨ ਹੀ ਸਾਡੀ ਮਾਵਾਂ ਨੇ। ਫਿਰ ਵੀ ਜਿਹੜਾ ਸਾਡਾ ਸਮਾਜ ਹੈ ਹਮੇਸ਼ਾ ਔਰਤਾਂ ਨੂੰ ਕ੍ਰਿਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦਾ, ਜੇ ਆਪਾਂ ਕੁੜੀਆਂ ਦੀ ਗੱਲ ਕਰੀਏ ਜਾਂ ਸਨੈਰੀਓ ਅੱਜ ਦਾ ਜਿਹੜਾ ਸਨੈਰੀਓ ਵੀ ਕੁੱਟਮਾਰ ਕੀਤੀ ਜਾਂਦੀ ਹੈ, ਬੀਂਗ ਉਹ ਵੀ ਮਦਰ ਬਣਨਾ ਜਾਂ ਮਾਂ ਹੈਗੀ ਹੈ, ਮਾਂ ਜਦੋਂ ਮਾਂ ਹੁੰਦੀ ਹੈ ਉਹ ਦੂਸਰੀ ਮਾਂ 'ਤੇ ਅੱਤਿਆਚਾਰ ਕਰਦੀ ਹੈ, ਉਹਨਾਂ ਲੋਕਾਂ ਨੂੰ ਕੀ ਮੈਸੇਜ? ਇਹ ਬਹੁਤ ਹੀ ਵੱਡਾ ਸੋਸ਼ਲ ਇਸ਼ੂ ਚੱਲ ਰਿਹਾ ਕਿ ਇੱਕ ਮਾਂ ਹੋ ਕੇ ਹੀ ਦੂਜੀ ਮਾਂ ਦਾ ਸਟੈਂਡ ਨਹੀਂ ਲੈਂਦੇ, ਦੂਸਰੀ ਮਾਵਾਂ ਦੇ ਇਮੋਸ਼ਨਸ ਨੂੰ ਸਮਝਦੇ ਨੇ। ਜਿਵੇਂ ਕਿ ਅੱਜ ਕੱਲ੍ਹ ਦੀ ਸੱਸਾਂ ਬਹੂ ਬਾਰੇ ਨਹੀਂ ਸਮਝਦੀਆਂ, ਬਹੂਆਂ ਕਹੀਂ ਨਾ ਕਹੀਂ ਸਿੱਧੇ ਸੱਸਾਂ ਨੂੰ ਨਹੀਂ ਸਮਝਦੀਆਂ। ਸਾਨੂੰ ਦੋਨਾਂ ਦੇ ਇਮੋਸ਼ਨ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ, ਕਿਉਂਕਿ ਮਾਵਾਂ ਹੀ ਇਹ ਜੀ ਇੱਕ ਸਟੇਜ ਹੈ, ਇੱਕ ਪੋਜੀਸ਼ਨ, ਇੱਕ ਪਲੇਸ ਹੈ ਜਿੱਥੇ ਸਾਨੂੰ ਇੱਕ ਆਪਣਾ ਪ੍ਰੋਟੈਕਸ਼ਨ ਲੈਵਲ ਮਿਲਦਾ ਹੈ। ਸਾਨੂੰ ਮਾਵਾਂ ਦੇ ਇਮੋਸ਼ਨਸ ਦੀ, ਮਾਵਾਂ ਦੀ ਵੈਲਿਊਜ਼ ਦੀ, ਉਹਨਾਂ ਦੀ ਪ੍ਰੈਕਟੀਕਲੀ ਜੋ ਵੀ ਉਹ ਫੀਲਿੰਗਸ ਰੱਖਦੀਆਂ ਨੇ, ਸਾਨੂੰ ਉਹਨਾਂ ਦੀ ਬਹੁਤ ਰਿਸਪੈਕਟ ਕਰਨੀ ਚਾਹੀਦੀ। ਸੋਸਾਇਟੀ ਨੂੰ ਇਹ ਚੀਜ਼ ਸਮਝਣੀ ਚਾਹੀਦੀ, ਉਹਨਾਂ ਨਾਲ ਕੁੱਟਮਾਰ, ਕੋਈ ਵੀ ਉਹਨਾਂ ਦੇ ਨਾਲ ਕੋਈ ਡੋਮੈਸਟਿਕ ਇਸ਼ੂਜ਼ ਨਾ ਲੈ ਕੇ ਆ। ਮੇਰੀ ਇਹੀ ਰਿਕੁਐਸਟ ਰਹੇਗੀ ਸਾਰਿਆਂ ਨੂੰ। ਇਹੀ ਸਾਡੇ ਅੱਜ ਸਕੂਲ ਦਾ ਮੇਨ ਮੋਟਿਵ ਸੀਗਾ ਕਿ ਮਦਰ ਦੀ ਰਿਸਪੈਕਟ ਕਰੋ, ਉਹਨਾਂ ਨੂੰ ਵੀ ਇੱਕ ਦੇ ਦਿਓ, ਉਹਨਾਂ ਦੇ ਲਈ ਵੀ ਇੱਕ ਦਿਨ ਸੈਲੀਬ੍ਰੇਟ ਕਰੋ, ਉਹਨਾਂ ਨੂੰ ਬਿਨਾਂ ਤੰਗ ਕੀਤੇ ਹੋਏ। ਇਟਸ ਅ ਰਿਕੁਐਸਟ ਟੂ ਯੂ। ਥੈਂਕ ਯੂ। ਅੱਛਾ, ਅੱਜ ਮਦਰ ਡੇ ਹੈ, ਕੀ ਕਹਿਣਾ ਚਾਹੁੰਦੇ, ਕੀ ਮੈਸੇਜ ਕੀ ਦੇਣਾ ਚਾਹੁੰਦੇ? ਮੈਂ ਸਭੀ ਕੋ ਯਹੀ ਮੈਸੇਜ ਕਰਨਾ ਚਾਹਤੀ ਹੂੰ ਕਿ ਆਜ ਕਾ ਦਿਨ ਹੀ ਸੋ ਮਦਰ ਡੇ ਨਹੀਂ ਹੋਤਾ ਹੈ। ਅਗਰ ਆਪ ਰੋਜ਼ ਆਪਣੇ ਬੱਚੋਂ ਸੇ ਪਿਆਰ ਕਰਤੇ ਹੈ ਔਰ ਮਾਏ ਆਪਣੇ ਬੱਚੋਂ ਸੇ ਪਿਆਰ ਕਰਤੀ ਤੋ ਰੋਜ਼ ਹੀ ਵੋ ਮਦਰ ਡੇ ਹੋਤਾ ਹੈ। ਆਪਣੇ ਬੱਚੋਂ ਕੋ ਸਮਝੇ, ਉਨਕੋ ਪਿਆਰ ਕਰੇ, ਉਨਕੇ ਸਾਥ ਸਮੇਂ ਬਿਤਾਏ ਔਰ ਉਨਕੀ ਮੁਸ਼ਕਲੋਂ ਕੋ ਸਮਝਨੇ ਕੀ ਕੋਸ਼ਿਸ਼ ਕਰੇ। ਸਪੈਸ਼ਲੀ ਆਪਾਂ ਜੇ ਮਦਰ ਡੇ ਦੀ ਆਪਾਂ ਗੱਲ ਕਰੀਏ, ਅੱਜ ਦੇ ਜਿਹੜੀ ਹਾਲਾਤ ਨੇ ਔਰਤਾਂ ਦੇ ਬੜੇ ਉਹ ਦੁਖਦਾਈ ਨੇ। ਗੱਲ ਆਪਾਂ ਹੁਣ ਹਾਸੇ ਨਾਲ ਕਰ ਰਹੇ ਹਾਂ, ਲੇਕਿਨ ਜਿਹੜੀ ਪੂਰੇ ਜੇ ਵਰਲਡ ਵਾਈਡ ਆਪਾਂ ਕਰੀਏ ਔਰਤਾਂ ਦੇ, ਆਪਾਂ ਕਲਚਰ ਦੀ ਗੱਲ ਕਰੀਏ ਜਾਂ ਔਰਤਾਂ ਦੀ ਆਪਾਂ ਦੁੱਖ ਤਕਲੀਫਾਂ ਦੀ ਗੱਲ, ਹਰ ਬੰਦਾ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਇਹੋ ਜਿਹੇ ਦਿਨ ਮਨਾਉਣ ਦਾ ਫਾਇਦਾ ਕੀ ਜੇ ਆਪਾਂ ਔਰਤਾਂ ਨੂੰ ਡੋਮੀਨੇਟ ਹੀ ਕਰਦੇ? ਹਾਂਜੀ, ਸਾਡੇ ਸਮਾਜ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਮਾਂ ਔਰ ਔਰਤ ਤੋਂ ਵੱਡਾ ਕੋਈ ਨਹੀਂ ਹੈ, ਕਿਉਂਕਿ ਉਹ ਇੱਕ ਬੱਚੇ ਨੂੰ ਬਰਥ ਦਿੰਦੀ ਹੈ, ਤਾਂ ਹੀ ਸਾਡੀ ਸੁਸਾਇਟੀ ਅੱਗੇ ਵੱਧਦੀ ਹੈਗੀ। ਇਸ ਲਈ ਸਾਨੂੰ ਆਪਣੀ ਮਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜੋ ਅੱਜ ਕੱਲ੍ਹ ਦੇ ਹਾਲਾਤ ਨੇ ਬੱਚਿਆਂ ਦੇ, ਜੋ ਆਪਣੇ ਮਾਂ ਬਾਪ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਦਿੱਤੇ ਜਾਂਦੇ ਨੇ, ਓਲਡ ਏਜ ਹੋਮਸ ਛੱਡ ਦਿੰਦੇ ਨੇ ਕਿ ਉਹ ਉੱਥੇ ਹੀ ਰਹਿਣ, ਸਾਡੇ ਲਈ ਬਰਡਨ ਆ, ਪਰ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਸਾਨੂੰ ਕਿੰਨੇ ਬਰਡਨ ਨਾਲ ਉਹਨਾਂ ਨੇ ਪਾਲਿਆ ਆ। ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਔਰ ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਵਿਮੈਨਸ ਦੀ ਅਸੀਂ ਬਹੁਤ ਰਿਸਪੈਕਟ ਕਰਦਾ ਹੈ, ਸਾਡਾ ਸਮਾਜ ਬਹੁਤ ਕਰਦਾ, ਸ਼ਾਇਦ ਇਹ ਕੋਈ ਰਿਸਪੈਕਟ ਨਹੀਂ ਹੈਗੀ, ਇਹ ਸਿਰਫ ਹਾਂਜੀ ਇਹ ਦਿਖਾਉਣ ਦੀਆਂ ਚੀਜ਼ਾਂ ਨੇ, ਪਰ ਮੈਨੂੰ ਲੱਗਦਾ ਹਲੇ ਵੀ ਦੁਨੀਆ ਉੱਥੇ ਹੀ ਖੜੀ ਆ, ਸਾਡਾ ਪੰਜਾਬ ਉੱਥੇ ਹੀ ਖੜਾ ਹੈ। ਰਿਸਪੈਕਟ ਕਰਨ ਦੀ ਸਿਰਫ ਸ਼ੋਅ ਕੀਤੀ ਜਾਂਦੀ ਹੈ, ਜਿੱਦਾਂ ਤੁਸੀਂ ਦੇਖ ਲਓ ਜਿੰਨੇ ਵੀ ਕੇਸਿਸ ਹੋ ਰਹੇ ਨੇਗੇ, ਡੋਰੀ ਦੇ ਕੇਸਿਸ ਹੋ ਰਹੇ ਨੇਗੇ, ਗਰਲਸ ਨਾਲ ਬੁਰਾ ਬਿਹੇਵ ਕੀਤਾ ਜਾਂਦਾ, ਈਵ ਟੀਜ਼ਿੰਗ ਕੀਤੀ ਜਾਂਦੀ ਆ, ਦੈਟ ਮੀਨਸ ਪੰਜਾਬ 'ਚ ਵਿਮੈਨਸ ਬਿਲਕੁਲ ਸਿਕਿਓਰ ਨਹੀਂ ਹੈਗੀਆਂ। ਇਹ ਸਾਡੇ ਪੰਜਾਬ ਦੇ ਹਾਲਾਤ ਨੇ, ਸਾਨੂੰ ਸਾਰਿਆਂ ਨੂੰ ਮਿਲ ਕੇ ਐਜ਼ ਏ ਟੀਚਰ ਸਾਡੀ ਵੀ ਇਹ ਰਿਸਪੋਂਸੀਬਿਲਿਟੀ ਬਣਦੀ ਆ, ਕਿਉਂਕਿ ਅਸੀਂ ਹੀ ਸਟੂਡੈਂਟਸ ਨੂੰ ਇਹ ਚੀਜ਼ ਸਿਖਾ ਸਕਦੇ ਹਾਂ ਕਿ ਉਹ ਰਿਸਪੈਕਟ ਕਰਨ, ਵਿਮੈਨ ਦੀ ਰਿਸਪੈਕਟ ਕਰਨ, ਜਿਨ੍ਹਾਂ ਦੇ ਨਾਲ ਪੜ੍ਹਦੇ ਉਹਨਾਂ ਦੀਆਂ ਰਿਸਪੈਕਟ ਕਰਨ, ਉਹਨਾਂ ਨੇ ਘਰ ਦੇ ਕੰਮਾਂ ਦਾ ਹੱਥ ਵਟਾਉਣ, ਤਾਂ ਹੀ ਸਾਡੀ ਸੁਸਾਇਟੀ ਅੱਗੇ ਵੱਧ ਸਕਦੀ ਹੈ ਔਰ ਅਸੀਂ ਇੱਕ ਚੰਗੀ ਸੁਸਾਇਟੀ ਦਾ ਨਿਰਮਾਣ ਕਰ ਸਕਦੇ ਹਾਂ ਜਿੱਥੇ ਵਿਮੈਨਸ ਦੀ ਰਿਸਪੈਕਟ ਹੋ ਸਕਦੀ ਆ। ਦੋਸਤੋ, ਵੂਮੈਨ ਡੇ 'ਤੇ ਸਾਡੀ ਸੀ ਅਸੀਂ ਸਾਡੀ ਸਪੈਸ਼ਲ ਖਾਸ ਪੇਸ਼ਕਸ਼। ਕੈਮਰਾਮੈਨ ਤੇਜਿੰਦਰ ਕੌਰ ਦੇ ਨਾਲ ਕੁਲਵੰਤ ਸਿੰਘ ਗਿੱਲ, ਬੀਬੀਸੀ ਟੋਰਾਂਟੋ ਗਾਉਂਦਾ ਪੰਜਾਬ। ਮੈਮ, ਅੱਜ ਮਦਰ ਡੇ ਹੈ, ਕੀ ਕਹਿਣਾ ਚਾਹੁੰਦੇ? ਆਜ ਮਦਰ ਡੇ ਹੈ, ਇਹ ਤਾਂ ਬਹੁਤ ਅੱਛੀ ਬਾਤ ਹੈ, ਬੱਚੋਂ ਕੇ ਲੀਏ ਮਾਂ ਜ਼ਰੂਰੀ ਹੈ, ਹਮੇ ਵੀ ਆਪਣੀ ਮਾਂ ਜ਼ਰੂਰੀ ਹੈ, ਬਸ ਆਪਣੀ ਮਦਰਸ ਕੋ ਵੀ ਹਮ ਵੀ ਆਪ ਹੈਪੀ ਮਦਰਸ ਡੇ ਕਹਿਣਾ ਚਾਹੇਂਗੇ।